ਮੇਅਰਾਂ ਦੀ ਚੋਣ ਦੇ ਲਈ ਰੱਖੇ ਗਏ ਸਮਾਗਮਾਂ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਬੀਤੇ ਦਿਨੀ ਨਜ਼ਰਅੰਦਾਜ਼ ਕੀਤਾ ਗਿਆ ਸੀ, ਜਿਸ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਲਗਾਤਾਰ ਸਰਕਾਰ ਤੋਂ ਨਾਰਾਜ਼ ਵਿਖਾਈ ਦੇ ਰਹੇ ਹਨ ਅਤੇ ਅੱਜ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਇਸ ਗੱਲ ਦਾ ਖੁਲਾਸਾ ਵੀ ਕੀਤਾ ਹੈ। ਨਵਜੋਤ ਸਿੰਘ ਸਿੱਧੂ ਦੀ ਇਸ ਨਾਰਾਜ਼ਗੀ ਨੂੰ ਲੈ ਕੇ ਵਿਰੋਧੀ ਧਿਰਾਂ ਅਤੇ ਸਰਕਾਰ ਦੇ ਅੰਦਰ ਵੀ ਹਿਲਜੁਲ ਸ਼ੁਰੂ ਹੋ ਗਈ ਹੈ। ਤੁਸੀਂ ਵੀ ਦੇਖੋ ਇਸ ਰਿਪੋਰਟ ਦੇ ਜ਼ਰੀਏ ਕਿ ਕਿਵੇਂ ਨਵਜੋਤ ਸਿੰਘ ਸਿੱਧੂ ਨੂੰ ਕੋਈ ਆਪਣੀ ਪਾਰਟੀ ਵਿੱਚ ਸ਼ਾਮਿਲ ਹੋਣ ਦੀ ਗੱਲ ਕਹਿ ਰਿਹਾ ਹੈ ਅਤੇ ਕਿਵੇਂ ਕੋਈ ਉਹਨਾਂ ਦਾ ਮਜ਼ਾਕ ਬਣਾ ਰਿਹਾ ਹੈ। ਮੁੱਕੀ ਗੱਲ ਨਾ ਯਾਰ, ਮੇਰੀ ਗੱਲ ਨੂੰ ਸੁਣ, ਬਗੈਰ ਬੁਲਾਏ ਮੈਂ ਦਰਬਾਰ ਸਾਹਿਬ ਜਾ, ਸੁਣ ਲਈ ਗੱਲ ਖਤਮ। ਮੈਂ ਗੱਲ ਮਕਾ ਨਾ ਗੱਲ ਵੀ ਮੈਂ ਬਗੈਰ ਬੁਲਾਏ ਦਰਬਾਰ ਸਾਹਿਬ ਜਾਂਦਾ, ਦਰਬਾਰ ਸਾਹਿਬ ਵੀ ਜਾਂਦਾ, ਦੁਰਗਿਆਣਾ ਮੰਦਿਰ ਵੀ ਜਾਂਦਾ, ਧਰਮ ਸਥਲੀਆਂ ਦੇ ਉੱਤੇ ਜਾਂਦਾ, ਨਹੀਂ ਤੇ ਮੈਂ ਬਿਲਕੁਲ ਨਹੀਂ ਕਿਤੇ ਜਾਂਦਾ। ਅੰਮ੍ਰਿਤਸਰ ਦੇ ਮੇਅਰ ਦੀ ਚੋਣ ਪ੍ਰਕਿਰਿਆ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਗੈਰ ਮੌਜੂਦਗੀ ਤੋਂ ਬਾਅਦ ਕਾਂਗਰਸ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਦੀ ਅੰਦਰੂਨੀ ਜੰਗ ਜੱਗ ਜ਼ਾਹਰ ਹੋ ਗਈ ਹੈ, ਜਿਸ ਤੋਂ ਬਾਅਦ ਕਾਂਗਰਸ ਸਮੇਤ ਹਰ ਪਾਰਟੀ ਅਤੇ ਹਰ ਇੱਕ ਦੀ ਜ਼ੁਬਾਨ 'ਤੇ ਸਿੱਧੂ ਸਿੱਧੂ ਹੋਈ ਪਈ ਹੈ। ਕੋਈ ਸਿੱਧੂ ਦੇ ਹੱਕ 'ਚ ਬੋਲ ਰਿਹਾ ਹੈ ਅਤੇ ਕੋਈ ਸਿੱਧੂ ਦੇ ਖਿਲਾਫ਼, ਕੋਈ ਉਸਨੂੰ ਆਪਣੀ ਪਾਰਟੀ 'ਚ ਸ਼ਾਮਲ ਹੋਣ ਦਾ ਸੱਦਾ ਦੇ ਰਿਹਾ ਹੈ ਅਤੇ ਕੋਈ ਸਿੱਧੂ ਦੀ ਆਪਣੀ ਪਾਰਟੀ 'ਚ ਵਾਪਸੀ ਕਰਨ ਤੋਂ ਸਾਫ਼ ਸਾਫ਼ ਇਨਕਾਰ ਕਰ ਰਿਹਾ ਹੈ। ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਕੈਪਟਨ ਅਮਰਿੰਦਰ ਸਿੰਘ ਅਤੇ ਸਿੱਧੂ ਦੀ ਇਸ ਲੜਾਈ ਦਾ ਸਭ ਤੋਂ ਵੱਧ ਮਜ਼ਾ ਸ਼੍ਰੋਮਣੀ ਅਕਾਲੀ ਦਲ ਅਤੇ ਖਾਸ ਕਰ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੈ ਰਹੇ ਹਨ ਅਤੇ ਉਹ ਸਿੱਧੂ ਦੀ ਇਸ ਕਿਰਕਰੀ ਤੋਂ ਕਾਫ਼ੀ ਖੁਸ਼ ਵੀ ਹਨ। ਤੁਸੀਂ ਵੀ ਸੁਣੋ ਸੁਖਬੀਰ ਸਿੰਘ ਬਾਦਲ ਅਤੇ MP ਪ੍ਰੇਮ ਸਿੰਘ ਚੰਦੂਮਾਜਰਾ ਸਿੱਧੂ ਦੀ ਕਿਰਕਰੀ ਬਾਰੇ ਕੀ ਕੁਝ ਕਹਿ ਰਹੇ ਹਨ। ਹਲੇ ਤਾਂ ਬੜਾ ਫਟਣਾ ਹੋਣਾ, ਬੜਾ ਫਟਣਾ। ਕਿਸੇ ਪਾਰਟੀ ਦਾ ਵਫਾਦਾਰ ਨਹੀਂ ਆਉਂ। ਹਲੇ ਤਾਂ ਬੜਾ ਫਟਣਾ ਹੋਣਾ, ਬੜਾ ਫਟਣਾ। ਕਿਸੇ ਪਾਰਟੀ ਦਾ ਵਫਾਦਾਰ ਨਹੀਂ ਆਉਂ। ਸਿੱਧੂ ਸਾਹਿਬ ਤਾਂ ਮੈਨੂੰ ਬੜੀ ਗੱਲ 'ਤੇ ਰੱਟ ਲਾ ਕੇ ਰੱਖਦੇ ਨੇ ਔਰ ਇਸ ਤਰ੍ਹਾਂ ਦਾ, ਮੈਂ ਕਹਿੰਦਾ ਇਹ ਮੌਕਾ ਪਹਿਲੀ ਵਾਰੀ ਨਹੀਂ, ਹੋਰ ਵੀ ਬਹੁਤ ਮੌਕੇ ਆਉਣਗੇ ਔਰ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਵੀ ਕੋਈ ਨਾ ਕੋਈ ਚੰਦ ਚਾੜਨਗੇ, ਸਿੱਧੂ ਸਾਹਿਬ ਚੁੱਪ ਕਰਕੇ ਤਾਂ ਬੈਠਣਗੇ ਨਹੀਂ, ਉਹ ਚੜ੍ਹਨ ਚੜ੍ਹੇਗਾ ਹੋ ਜਾਓ। ਇਸ ਤੋਂ ਬਾਅਦ ਗੱਲ ਕਰਦੇ ਹਾਂ ਆਪ ਨੇਤਾ ਸੁਖਪਾਲ ਸਿੰਘ ਖਹਿਰਾ ਦੀ, ਜਿਨ੍ਹਾਂ ਨੇ ਸਿੱਧੂ ਨੂੰ ਆਪਣੀ ਪਾਰਟੀ ਵਿੱਚ ਸ਼ਾਮਲ ਹੋਣ ਦਾ ਸੱਦਾ ਦੇ ਦਿੱਤਾ ਹੈ, ਜਦਕਿ ਭਾਜਪਾ ਵੱਲੋਂ ਸਿੱਧੂ ਨੂੰ ਪਾਰਟੀ 'ਚ ਦੁਬਾਰਾ ਲੈਣ ਤੋਂ ਸਾਫ਼ ਸਾਫ਼ ਇਨਕਾਰ ਕੀਤਾ ਜਾ ਰਿਹਾ ਹੈ। ਭਾਜਪਾ ਦੇ ਸੀਨੀਅਰ ਨੇਤਾ ਰਜਿੰਦਰ ਮੋਹਨ ਸ਼ੀਨਾ ਦਾ ਕਹਿਣਾ ਹੈ ਕਿ ਭਾਜਪਾ ਨੂੰ ਇੱਕ ਵਾਰ ਜੋ ਛੱਡ ਜਾਵੇ ਪਾਰਟੀ ਉਸ ਨੂੰ ਵਾਪਸ ਨਹੀਂ ਲੈਂਦੀ ਹੈ। ਬਿਲਕੁਲ ਨਹੀਂ, ਜਿਹੜਾ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਗਿਆ, ਅੱਜ ਤੱਕ ਭਾਰਤੀ ਜਨਤਾ ਪਾਰਟੀ ਇਤਿਹਾਸ ਵਿੱਚ ਕਦੀ ਵੀ ਜਿਹੜਾ ਇੱਕ ਵਿਅਕਤੀ ਛੱਡ ਕੇ ਗਿਆ ਦੁਬਾਰਾ ਭਾਰਤੀ ਜਨਤਾ ਪਾਰਟੀ ਨੂੰ, ਉਸ ਵਿਅਕਤੀ ਨੂੰ ਕਦੀ ਨਹੀਂ ਲਿਆ। ਇਹ ਕਿਰਪਾ ਕਰਕੇ ਉੱਥੇ ਹੀ ਰਵੇ ਜਿੱਥੇ ਹੁਣ ਗਿਆ, ਬੜੀ ਮਿਹਰਬਾਨੀ ਇਹਦੀ, ਭਾਰਤੀ ਜਨਤਾ ਪਾਰਟੀ ਨੂੰ ਕਦੀ ਵਾਪਸ ਨਹੀਂ ਲੈਗੀ। ਇਹ ਮੈਂ ਸਮਝਦਾ ਉਹਦੇ ਨਾਲ ਬੇਇਨਸਾਫੀ ਹੋ ਰਹੀ, ਕਿਉਂਕਿ ਜਦੋਂ ਕਾਂਗਰਸ ਜੁਆਇਨ ਕਰਾਈ ਸੀਗੀ ਤਾਂ ਕਿਤੇ ਨਾ ਕਿਤੇ ਰਾਹੁਲ ਗਾਂਧੀ ਵੱਲੋਂ ਪ੍ਰੋਮਿਸ ਸੀ ਕਿ ਇਹ ਉਪ ਮੁੱਖ ਮੰਤਰੀ ਪੰਜਾਬ ਦਾ ਬਣਾਇਆ, ਪਹਿਲਾਂ ਉਹ ਧੋਖਾ ਹੋਇਆ ਅਮਰਿੰਦਰ ਸਿੰਘ ਵੱਲੋਂ ਉਹਦੇ ਨਾਲ ਨਵਜੋਤ ਸਿੱਧੂ ਨਾਲ, ਫਿਰ ਉਸਨੇ ਦੋ ਤਿੰਨ ਇਸ਼ੂਜ਼ ਉਠਾਏ ਪੰਜਾਬ ਦੇ ਹਿੱਤ ਦੇ ਕਿ ਸੁਖਬੀਰ ਬਾਦਲ ਹੋਣਾ ਵੱਲੋਂ ਕੀਤੇ ਗਏ ਭ੍ਰਿਸ਼ਟਾਚਾਰ ਦੀ ਇਨਕੁਆਇਰੀ ਹੋਣੀ ਚਾਹੀਦੀ, ਉਹ ਅਮਰਿੰਦਰ ਸਿੰਘ ਨੇ ਨਹੀਂ ਮੰਨੀ, ਫਿਰ ਉਸਨੇ ਕਿਹਾ ਕਿ ਕੇਬਲ ਮਾਫੀਆ ਦੇ ਵਿੱਚ ਪੰਜਾਬ ਜਿਹੜਾ ਇਨਕੁਆਇਰੀ ਹੋਣੀ ਚਾਹੀਦੀ, ਫਿਰ ਉਹ ਨਹੀਂ ਮੰਨੀ ਗਈ, ਫਿਰ 40 ਕਾਂਗਰਸ ਦੇ MLAs ਨੇ ਅਮਰਿੰਦਰ ਸਿੰਘ ਨੂੰ ਸਮੇਤ ਸਿੱਧੂ ਇੱਕ ਮੈਮੋਰੈਂਡਮ ਦਿੱਤਾ ਕਿ ਬਿਕਰਮ ਮਜੀਠੀਆ ਦੇ ਖਿਲਾਫ ਡਰੱਗਸ ਦੀ ਇਨਕੁਆਇਰੀ ਹੋਣੀ ਚਾਹੀਦੀ, ਉਹ ਵੀ ਅਮਰਿੰਦਰ ਸਿੰਘ ਨੇ ਨਹੀਂ ਮੰਨੀ, ਔਰ ਹੁਣ ਤਾਂ ਹੱਦ ਹੀ ਹੋ ਗਈ ਕਿ ਨਵਜੋਤ ਸਿੱਧੂ ਨੂੰ ਆਪਣੇ ਸ਼ਹਿਰ ਆਪਣੀ ਕੌਂਸਟੀਚੁਐਂਸੀ ਵਿੱਚ ਮੇਅਰ ਦੀ ਇਲੈਕਸ਼ਨ ਵਿੱਚ ਉਹਨਾਂ ਨੂੰ ਨਿਯੋਤਾ ਹੀ ਨਹੀਂ ਦਿੱਤਾ ਜਾਂਦਾ, ਇਨਵਾਈਟ ਹੀ ਨਹੀਂ ਦਿੱਤੀ ਜਾਂਦੀ, ਜਿਹਦੇ ਕਰਕੇ ਮੈਂ ਸਮਝਦਾ ਕਿ ਉਹਦਾ ਜਿਹੜਾ ਗੁੱਸਾ ਹੈ ਨਵਜੋਤ ਸਿੰਘ ਸਿੱਧੂ ਦਾ ਉਹ ਬੜਾ ਜਾਇਜ਼ ਆ। ਨਵਜੋਤ ਸਿੰਘ ਸਿੱਧੂ ਨੇ ਇੱਕ ਗੈਰਤ ਦਿਖਾਈ ਆ ਆਪਣੀ ਸਰਕਾਰ ਦੇ ਹੁੰਦਿਆਂ, ਇੱਕ ਮਿਨਿਸਟਰ ਹੁੰਦਿਆਂ ਆਪਣੀ ਗੱਲ ਰੱਖੀ ਆ ਪਬਲਿਕ ਡੋਮੇਨ ਦੇ ਵਿੱਚ, ਇਹ ਹਰ ਪੋਲੀਟੀਕਲ ਆਦਮੀ ਨਹੀਂ ਕਰ ਸਕਦਾ।
ਮੈਂ ਤਾਂ ਇਹੀ ਕਹਿ ਸਕਦਾ ਨਵਜੋਤ ਹੁਣਾਂ ਨੂੰ ਕਿ ਕਾਂਗਰਸ ਵਿੱਚ ਬਹੁਤੀ ਦੇਰ ਤੁਹਾਡੀ ਦਾਲ ਨਹੀਂ ਗਲਣੀ, ਆਓ ਸਾਡੇ ਨਾਲ, ਆਪਾਂ ਰਲ ਮਿਲ ਕੇ ਸਾਰੇ ਅੱਛੇ ਆਦਮੀ ਇੱਕ ਥਾਂ 'ਤੇ ਇਕੱਠੇ ਹੋ ਕੇ ਅਤੇ ਪੰਜਾਬ ਦੇ ਵਿੱਚ ਜੋ ਲੁੱਟ ਘਸੁੱਟ ਕੀਤੀ ਗਈ 10 ਸਾਲ, ਇਹਦੀ ਅਕਾਊਂਟੇਬਿਲਿਟੀ ਹੋਲਡ ਕਰੀਏ, ਇਹਨਾਂ ਲੋਕਾਂ ਨੂੰ ਅਕਾਊਂਟੇਬਲ ਬਣਾਈਏ, ਔਰ ਇਹਨਾਂ ਦੀ ਪ੍ਰੋਪਰ ਜਾਂਚ, ਚਾਹੇ ਉਹ ਕਰਪਸ਼ਨ ਦੀ ਹੈ, ਚਾਹੇ ਉਹ ਡਰੱਗਸ ਦੀ ਹੈ, ਚਾਹੇ ਉਹ ਮਾਫੀਆ ਦੀ ਹੈ, ਇਹ ਸਾਰੀ ਗੱਲ ਦੀ ਜਾਂਚ ਆਪਾਂ ਸਾਰੇ ਰਲ ਮਿਲ ਕੇ ਕਰਵਾ ਸਕਦੇ। ਉੱਧਰ ਇਸ ਸਭ ਦੇ ਚੱਲਦਿਆਂ ਹੀ ਨਵਜੋਤ ਸਿੰਘ ਸਿੱਧੂ ਨੇ ਅੱਜ ਇੱਕ ਪੱਤਰ ਲਿਖ ਕੇ ਮੁੱਖ ਮੰਤਰੀ ਕੋਲ ਆਪਣੀ ਨਾਰਾਜ਼ਗੀ ਵੀ ਜਤਾਈ ਹੈ, ਜਿਸ ਵਿੱਚ ਨਵਜੋਤ ਸਿੰਘ ਸਿੱਧੂ ਨੇ ਲਿਖਿਆ ਹੈ ਕਿ ਮੇਅਰ ਦੀ ਚੋਣ ਪ੍ਰਕਿਰਿਆ ਦੌਰਾਨ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ, ਜਿਸ ਕਰਕੇ ਹੀ ਉਹ ਅੰਮ੍ਰਿਤਸਰ ਦੇ ਮੇਅਰ ਦੀ ਚੋਣ ਪ੍ਰਕਿਰਿਆ ਵਿੱਚ ਵੀ ਸ਼ਾਮਲ ਨਹੀਂ ਹੋਏ ਸਨ। ਹੁਣ ਵੇਖਣਾ ਇਹ ਹੋਵੇਗਾ ਕਿ ਹਰ ਪਾਸੇ ਆਪਣੇ ਨਾਮ ਦਾ ਰੌਲਾ ਪਵਾ ਕੇ ਆਖਿਰਕਾਰ ਨਵਜੋਤ ਸਿੰਘ ਸਿੱਧੂ ਕਿਸ ਕਰਵਟ ਬੈਠਦੇ ਹਨ ਅਤੇ ਮੇਅਰ ਦੀ ਚੋਣ ਦੌਰਾਨ ਹੋਈ ਆਪਣੀ ਕਿਰਕਿਰੀ ਦਾ ਕੀ ਜਵਾਬ ਦਿੰਦੇ ਹਨ। ਨਿਊਜ਼ ਡੈਸਕ ਤੋਂ ਡਾਕਟਰ ਰਜਿੰਦਰ ਸਿੰਘ ਦੀ ਰਿਪੋਰਟ, ਪੰਜਾਬ ਟੂਡੇ।